ਅਮਬਾਸ ਨੂੰ ਧੱਕਾ ਲੈ ਦਿਓ, ਪੜਦਾ ਰਹਿੰਦਾ ਪਿਓ ਤੇ ਧੀ ਦਾ ਜੀ ਮੁਕੱਦਰ ਦਾਵੀ ਵਾਲੇ ਦਿਹਾੜੇ ਧੀ ਮਿਲਣ ਗਈ ਤੇ ਪਿਓ ਦੀ ਮੁੱਕ ਗਈ। ਇੱਕੋ ਲਫ਼ਜ਼ ਹੀ ਆਉਂਦਾ ਹੈ ਕਰਨ ਵਾਸਤੇ, ਜੀ ਮੈਂ ਨੌਕਰ ਹਾਂ, ਮੈਂ ਲੱਖ ਦਫ਼ਾ ਪੜਦਾ। ਚਾਚਾ ਗੁਲਾਮ ਅਬਾਸ ਨੂੰ ਧੱਕਾ ਲਾ ਮਰੂਮ ਫੜਦਾ ਪਿਓ ਤੇ ਧੀ ਦਾ ਜੀ ਮੁਕੱਦਰ ਗੋਪਰਾ ਦੇ ਸ਼ਰੀਫੋਂ ਦਾਵੀਆਂ ਲਦਿਹਾੜਾ 9 ਲੱਖ ਮਰਿੰਦਿਆਂ ਇਹਨਾਂ ਦਿਆਂ ਨੂੰ ਜਲਦੀ ਮਾਰੋ, ਇੱਕ ਬਹਿਣਾ ਦੀ ਆਈ ਨਾ ਮਾਰੋ। ਮੇਰੇ ਲਫ਼ਜ਼ ਦੀ ਸਮਝ ਆਵੀ ਤਾਂ ਮੈਨੂੰ ਅੱਗਾਂ ਪੜ੍ਹਨ ਦੀ ਤਾਂ ਲੋੜ ਹੀ ਕਾਈ ਨਹੀਂ। ਚਾਚਾ 9 ਲੱਖਾਂ ਦਿਆਂ ਨੂੰ ਜਲਦੀ ਮਾਰੋ, ਇੱਕ ਬਹਿਣਾ ਦੀ ਆਈ ਨਾ ਮਾਰੋ। ਜੀ ਮੈਂ ਨੌਕਰ ਹਾਂ, ਲੱਖ ਦਫ਼ਾ ਪੜ੍ਹਦਾ। ਅੱਲਾ ਤੁਹਾਨੂੰ ਲੈ ਵਜੇ ਉਹ ਜਾ ਵੰਜ ਵਿਖਾਵੇ, ਉੱਚੀ ਜਾ ਤੂੰ ਦੀ ਆਈ ਨਾ ਮਾਰੋ, ਸਾਡਾ ਛੇਤੜੀ ਸਹਾਰ। ਚਾਚਾ ਗੁਲਾਮ ਬਾਸ ਪੜਦਾ ਦਾਵੀ ਵਾਲਾ ਦਿਹਾੜਾ ਜੇ ਧੀ ਮਿਲਣ ਗਈ ਤਾਂ ਪਿਓ ਦੀ ਮੁੱਕ ਗਈ। ਵਾਤੋ ਪੜਦੇ ਆਇਨ ਜ਼ਿੰਦਾ ਨੇ ਸ਼ਾਮ ਆਈ, ਜਦੋਂ ਬਾਬਾ ਮਿਲਣ ਆਇਆ ਉਹਦਾ ਧੀ ਦੀ ਮੁੱਕ ਗਈ ਆਈ। ਹਾਏ ਕਰੇ ਤਾਂ ਮੈਂ ਫਿਕਰਾ ਪੜਦਾ, ਹਾਏ ਕਰੇ ਤਾਂ ਮੈਂ ਫਿਕਰਾ ਪੜਦਾ। ਹੁਸੈਨ ਦੇ ਅਲਾਦਾਰ ਇਨ ਸੱਜਾਦ ਇਮਾਮ ਦੇ ਹੱਥਾਂ ਤੇ ਸਾਰਾ, ਜੀ ਮੈਂ ਨੌਕਰਾਂ। ਦਾਵੀ ਵਾਲੇ ਦਿਹਾੜੇ ਧੀ ਮਿਲਣ ਗਈ ਤਾਂ ਪਿਓ ਦੀ ਮੁੱਕ ਗਈ, ਜਦੋਂ ਜ਼ਿੰਦਾ ਨੇ ਸ਼ਾਮ ਵਿੱਚ ਬਾਬਾ ਮਿਲਣ ਆਇਆ ਪਿੱਛੇ ਧੀ ਦੀ ਮੁੱਕ ਗਈ। ਇਨ ਸੱਜਾਦ ਇਮਾਮ ਦੇ ਹੱਥਾਂ ਤੇ ਸਾਰੇ ਨੇ ਅੱਜ ਹੁਸੈਨ, ਜੀ ਮੈਂ ਨੌਕਰਾਂ, ਮੈਂ ਲੱਖ ਦਫ਼ਾ ਪੜਦਾ। ਦਾਵੀ ਵਾਲੇ ਦਿਹਾੜੇ ਧੀ ਮਿਲਣ ਗਈ ਤਾਂ ਪਿਓ ਦੀ ਮੁੱਕ ਗਈ, ਜ਼ਿੰਦਾ ਨੇ ਸ਼ਾਮ ਵਿੱਚ ਬਾਬਾ ਮਿਲਣ ਆਇਆ ਤਾਂ ਧੀ ਦੀ ਮੁੱਕ ਗਈ। ਕਾਜ਼ੀ ਸਾਹਿਬ ਇਨ ਸੱਜਾਦ ਇਮਾਮ ਦੇ ਹੱਥਾਂ ਤੇ ਸਾਰੇ, ਜੀ ਬਜ਼ੁਰਗਾ ਇਹੋ ਕੁਝ ਮੈਂ ਪੜ੍ਹਨਾ ਚਾਹੁੰਦਾ। ਇਹ ਇਨ ਸੱਜਾਦ ਇਮਾਮ ਦੇ ਹੱਥਾਂ ਤੇ ਸਾਰੇ, ਹੱਕਲ ਮਾਰ ਕਿਆ ਦਿਨ ਮਾਸੂਮਾ ਬਾਬਾ ਮਿਲਣ ਆਇਆ। ਤੜਪੀਏ ਜਿਵੇਂ ਪੱਖੀ ਨੂੰ ਗੱਲ ਲੱਗਦਾ ਇਸ, ਇਹੋ ਮਜ਼ਮੂਨ ਇਹੋ ਫਿਕਰਾ। ਮੈਂ ਇੱਕ ਦਫ਼ਾ ਪਿੰਡ ਦਾਦਨ ਖਾਨ ਪੜ੍ਹਦਾ ਪਿਆ, ਮੈਂ ਕਿਹਾ ਹੁਸੈਨ ਦੀ ਧੀ ਸੁਨਹਿਰੀ ਪਲੰਗ ਤੇ ਸੁੱਤੀ ਹੋਈ ਆਈ। ਇੱਕ ਸੱਯਦ ਆਈ ਮਾਤਮ ਕਰੇ ਦਾ ਉੱਠੀ ਖਲਾ, ਮੈਨੂੰ ਆਦਾ ਰਿਵਾਇਤ ਤੇ ਪਰਦਾ ਕਿਉਂ ਪਾਨਾ ਹੈ, ਜਿੱਥੇ ਸੁਣਦੀ ਆਈ ਇੱਟਾਂ ਦਾ ਸਿਰਾਣਾ। ਕਰ ਲਵੇ ਹਾਏ ਜ਼ਿੰਦਗੀ ਦਾ ਪਤਾ ਨਹੀਂ ਕੱਲ ਹੋਸੇ ਤਾਂ ਰੋਸੇ ਨਾ, ਜਿੱਥੇ ਸੁਣਦੀ ਆਈ ਉੱਥੇ ਇੱਟਾਂ ਦਾ ਸਿਰਾਣਾ ਬਣਾ ਕੇ। ਇਨ ਸੱਜਾਦ ਇਮਾਮ ਦੇ ਹੱਥਾਂ ਤੇ ਸਾਰ ਮਾਸੂਮਾ ਬਾਬਾ ਮਿਲਣ ਆਇਆ ਈ। ਤੜਪੀਏ ਜਿਵੇਂ ਪੱਖੀ ਨੂੰ ਗੱਲ ਲੱਗਦਾ, ਆਦੀਏ ਸੱਜਾਦ ਜੇ ਬਾਬਾ ਮਿਲਣ ਆਇਆ, ਅੱਜ ਮੈਂ ਬਾਬੇ ਦਾ ਉਧਾਰ ਲਹਿਨੀਆਂ। ਸੱਜਾਦ ਦਾ ਕਿਹੜਾ ਉਧਾਰ, ਆਦੀਏ ਵਸਦੇ ਆਸ ਮੈਂ ਬਾਬੇ ਦੇ ਸੀਨੇ ਤੇ ਸਮਦੀ ਆਸ। ਬੀਬੀ ਆਦੀ ਅੱਜ ਉਜੜ ਗਿਆ ਜ਼ਿੰਦਾ ਨੇ ਸ਼ਾਮੇ, ਮੈਂ ਮਿੱਟੀ ਤੇ ਸਮਦੀਆਂ, ਮੇਰੇ ਬਾਬੇ ਦਾ ਸਾਰ ਮੇਰੇ ਸੀਨੇ ਤੇ ਰੱਖ ਜਾ। ਮੈਂ ਬਾਬੇ ਨਾਲ ਚੰਦ ਗੱਲਾਂ ਕਰਨੀਆਂ, ਜਿਹੜੇ ਧੀਆਂ ਦੇ ਪਿਓ ਬੈਠੇ ਹੋ ਮੇਰੇ ਘਰ 'ਚ ਹੀ 2 ਧੀਆਂ ਹਨ। ਮੁੱਦਤ ਬਾਅਦ ਪਿਓ ਤੇ ਧੀ ਮਿਲੇ ਨੂੰ, ਪਿਓ ਪੁੱਛਦਾ ਹੈ ਧੀ ਦੁੱਖਾਂ ਦੇ ਹਾਲ ਦਿੰਦੀ ਹੈ ਨਾ। ਗੋਪਰਾ ਦੇ ਸ਼ਰੀਫੋਂ ਗਰੀਬ ਦੇ ਕੱਟੇ ਲੱਭਾਂ 'ਚੋਂ ਆਵਾਜ਼ ਆਇਆ, ਮਾਸੂਮਾਂ ਕਿਵੇਂ ਵਧੀ ਨਿਭਦੀ ਹੈ। ਉਸਲੇ ਜ਼ਖਮੀ ਕੰਨਾਂ ਲਈ ਧੀ ਬਾਬੇ ਦੇ ਮੁਖਾਤਬ ਹੋ ਕੇ ਵਹਿਣ ਕਿਹੜਾ ਕੀਤਾ ਸੁਣਾ ਬਾਈ। ਸਮਝ ਨਹੀਂ ਆਈ ਕੰਡੇ ਕਿਵੇਂ ਕਢੇਂਦੀ ਆਈ। ਚਾਚਾ ਉਹ ਸਵਾਲ ਮੈਂ ਮਜ਼ਰ ਅਬਾਸ ਕੱਲੂ ਤੇ ਕੀਤਾ, ਮੈਂ ਕਿਹਾ ਮੁਰਖ ਪਿਓ ਦਾ ਪੋਤਰੇ ਕੰਡੇ ਹੱਥਾਂ ਨਾਲ ਕਢੀਂਦੇ ਨੇ, ਜਾਂਦੇ ਹੱਥ ਇੰਜ ਰੁੱਧੇ ਹੋਏ ਕੰਡੇ ਕਿਵੇਂ ਕਢੇਂਦੀ ਆਈ। ਕੱਲੂ ਸਾਹਿਬ ਰੋ ਕੇ ਫਰਮਾਇਆ,
سجاد در روانا مٹی تے پاسے بھار سامران دی آئی سجاد نو آ دی آئی پیر ودھا میں مونا لکندے کڑھے ماتم میں مونا لکندے کڑھے نیا سویر دے ٹائم پوچھیا ہون دس پرندے کین پہ ویندن غریب آکھیا روزی دی تلاش چاچا جدا شام ہون لگیا آدھی ہون دس کدے پہ ویند سجادہ دا درد ماری وطن تے ولد پھیل براد گالت بائی پاویا آدھی آئی پرندے ہٹ دے پین او دن کدنا منے جدا پائی وال جنسائیں بابے دی قبر تے ویسا کدا میں اکبر نو انج ملسا اکبر دی قبر دا سلام کرے سا سجادہ کا ہر کائیں بلنا ہے تیری قبر شام بڑھنی ہے ہن تواڈے سوال دا جواب آ گیا تیری قبر شام بڑھنی ہے ہن پک ہو گئے سے جو امام بھرا آکھے میں شام رہنا ہے بھرا دی رات بھری داڑی تے بوسا دتا میری سین وین کیتا بی بی دی اے گل دا جواب تا دے پوچھ دردا ماری بی بی دی جڑی کدن کد چ عمر جاوے ویرنا یو کو کتھے وان دفن کرے دین کیا کفن حکومت دین دی اے یا پے کے کفن پویں دین او بھین اجڑی دا مومنا تے سجاد پے فرمائیں دین کیڑی گالے تا شامی بعد مران دے وی نئی میت دے رسان سیدہ دا اتے کوئی مار جاوے او دے زیوار نئی Thank you.